ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਹੈ ਤੁਹਾਡਾ? ਸਾਰੀਆਂ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਦਾ ਕੀ ਹਾਲ ਚਾਲ ਹੈ? ਮੈਨੂੰ ਲੱਗਦਾ ਤੁਸੀਂ ਸਾਰੀਆਂ ਠੀਕ ਠਾਕ ਹੋਵੋਗੀਆਂ, ਤਾਂ ਹੀ ਮੇਰੇ ਵਲੌਗਸ ਦੇ ਉੱਪਰ ਕਮੈਂਟ ਕਰੀ ਜਾ ਰਹੇ ਹਾਂ। ਅਤੇ ਕਮੈਂਟ ਮੈਂ ਸਾਰੀਆਂ ਦੇ ਪੜ੍ਹਦੀ ਹਾਂ, ਮੈਨੂੰ ਬਹੁਤ ਵਧੀਆ ਲੱਗਦਾ। ਔਰ ਬਹੁਤ ਸਾਰੀਆਂ ਭੈਣਾਂ ਦੇ ਫੋਨ ਆਉਂਦੇ ਨੇ ਅਤੇ ਬਸ ਪੁੱਛ ਰਹੇ ਹਾਂ ਜੀ, ਇੰਨਾ ਜ਼ਿਆਦਾ ਪਿਆਰ ਦੀ ਤਾਂ ਲਾ ਲਓ ਵੀ ਬਾਰਿਸ਼ ਹੀ ਹੋਈ ਹੋਈ ਹੈ ਮੇਰੇ 'ਤੇ, ਹੈ ਨਾ। ਪਰਮਾਤਮਾ ਦੀ ਮਿਹਰ ਹੈ ਕਿ ਮੈਨੂੰ ਇੰਨੀਆਂ ਪਿਆਰੀਆਂ ਭੈਣਾਂ ਮਿਲੀਆਂ ਨੇ, ਇੰਨਾ ਪਿਆਰ ਕਰਨ ਵਾਲੀਆਂ ਭੈਣਾਂ ਮਿਲੀਆਂ ਨੇ। ਤੇ ਬਸ ਆਪਣੀ ਸਪੋਰਟ ਤੇ ਆਪਣਾ ਪਿਆਰ ਆ ਜਿਹੜਾ ਉਹ ਇਸ ਤਰ੍ਹਾਂ ਹੀ ਬਣਾਈ ਰੱਖਿਓ, ਤੇ ਮੈਂ ਟਾਈਮ ਤੋਂ ਟਾਈਮ ਕੱਢ ਕੇ ਜਿੰਨਾ ਵੀ ਹੋ ਸਕੂਗਾ ਮੈਂ ਤੁਹਾਡੇ ਲਈ ਵਲੌਗ ਆ ਜਿਹੜੀ ਲੈ ਕੇ ਆਉਂਦੀ ਰਹੂੰਗੀ, ਹੈ ਨਾ। ਤੇ ਬਾਕੀ ਮੇਰਾ ਸਕੇਜੂਅਲ ਤੁਹਾਨੂੰ ਪਤਾ ਹੀ ਆ, ਹੈ ਨਾ। ਤੇ ਅੱਜ ਆਪਾਂ ਥੋੜਾ ਜਿਹਾ, ਮੈਂ ਪਰਸੋਂ ਜਿਹੜਾ ਵਲੌਗ ਬਣਾਇਆ ਸੀਗਾ ਉਹ ਥੋੜਾ ਜਿਹਾ ਹੋਰ ਤਰ੍ਹਾਂ ਦਾ ਬਣ ਗਿਆ ਸੀਗਾ, ਹੈ ਨਾ। ਮੋਹਾਲੀ ਇਸ ਤਰ੍ਹਾਂ ਦਾ ਹੋ ਗਿਆ ਸੀ, ਤੇ ਚਲੋ ਆਪਾਂ ਉਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੁੰਦੇ। ਤੇ ਉਸ ਦਿਨ ਮੈਂ ਵਲੌਗ ਬਣਾਉਣਾ ਸੀਗਾ ਕਿ ਜਿਹੜੀ ਅੱਖਾਂ ਦੀ ਐਨਕ ਹੈ ਇਸ ਨੂੰ ਕਿਵੇਂ ਉਤਾਰਿਆ ਜਾਵੇ, ਨਜ਼ਰ ਕਿਵੇਂ ਵਧਾਈ ਜਾਵੇ। ਤੇ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਮੈਂ ਮਤਲਬ ਕਿ ਤੁਹਾਨੂੰ ਪਹਿਲਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਕਿ ਹੁਣ ਆਪਾਂ ਹੈਗੇ ਹਾਂ, ਤੁਸੀਂ ਮੈਨੂੰ ਪੁੱਛਦੇ ਰਹਿੰਦੇ ਹੋ ਕਿ ਤੁਸੀਂ ਰਿਟਾਇਰ ਕਦੋਂ ਹੋਣਾ, ਰਿਟਾਇਰ ਕਦੋਂ ਹੋਣਾ। ਜੇ ਮੈਂ ਤੁਹਾਨੂੰ ਆਪਦਾ ਰਿਟਾਇਰਮੈਂਟ ਦੱਸਤੀ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਲੱਗ ਜੂਗਾ ਕਿ ਮੈਂ ਕਿੰਨੀ ਕੁ ਵੱਡੀ ਹਾਂ, ਹੈ ਨਾ। ਤੇ ਇਸ ਕਰਕੇ ਕਦੇ ਵੀ ਕਿਸੇ ਲੇਡੀ ਤੋਂ ਉਹਦੀ ਉਮਰ ਨਾ ਪੁੱਛੋ ਤੇ ਕਦੇ ਵੀ ਕਿਸੇ ਜੈਂਟਸ ਤੋਂ ਉਹਦੀ ਆਮਦਨ ਨਾ ਪੁੱਛੋ ਕਿਹਾ ਜਾਂਦਾ, ਔਰ ਇਹ ਸੱਚਾਈ ਹੈ, ਹੈ ਨਾ। ਤੇ ਚਲੋ ਜਿਸ ਤਰ੍ਹਾਂ ਦੀ ਵੀ ਮੈਂ ਤੁਹਾਨੂੰ ਲੱਗਦੀ ਹਾਂ, ਤੁਹਾਨੂੰ ਆਈਡੀਆ ਹੋ ਹੀ ਗਿਆ ਹੋਣਾ ਕਿ ਮੇਰੀ ਰਿਟਾਇਰਮੈਂਟ ਕਦੋਂ ਆਇਆ ਔਰ ਮੇਰੀ ਉਮਰ ਕਿੱਡੀ ਕੁ ਹੈਗੀ ਹੈ। ਕੁਛ ਭੈਣਾਂ ਮੈਨੂੰ ਕਹਿ ਦਿੰਦੀਆਂ ਨੇ ਜੀ ਅਸੀਂ ਤਾਂ ਤੁਹਾਡੇ ਤੋਂ ਕਾਫੀ ਵੱਡੀਆਂ, ਜਦੋਂ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਆਪਣੀ ਉਮਰ ਦੱਸਿਓ, ਜਦੋਂ ਉਹ ਦੱਸਦੀਆਂ ਨੇ ਮੈਂ ਕਹਿ ਦਿੰਦੀ ਹਾਂ ਮੈਂ ਤਾਂ ਤੁਹਾਡੇ ਜਿੱਡੀ ਹਾਂ। ਤੇ ਚਲੋ ਜੋ ਵੀ ਹੈ, ਹੈ ਨਾ, ਉਮਰ ਜਿਹੜੀ ਹੁੰਦੀ ਹੈ ਕਿਸੇ ਦੀ ਚਿਹਰੇ ਤੋਂ ਥੋੜ੍ਹੀ ਬਹੁਤੀ ਕੋਈ 2 ਸਾਲ ਵੱਧ ਲੱਗਣ ਲੱਗ ਜਾਂਦੀ ਹੁੰਦੀ ਹੈ, ਕਿਸੇ ਦੀ ਚਿਹਰੇ ਤੋਂ ਕੋਈ 2-4 ਸਾਲ ਘੱਟ ਲੱਗਣ ਲੱਗ ਜਾਂਦੀ ਹੁੰਦੀ ਹੈ, ਠੀਕ ਹੈ। ਤੇ ਬਾਕੀ ਜਦੋਂ ਸਾਡਾ ਪਿਆਰ ਹੁੰਦਾ ਨਾ, ਸਾਨੂੰ ਉਹੀ ਚਿਹਰਾ ਚੰਗਾ ਲੱਗਦਾ ਹੈ ਜਿਹਦੇ ਨਾਲ ਸਾਨੂੰ ਦਿਲੋਂ ਮੁਹੱਬਤ ਹੁੰਦੀ ਹੈ। ਸੋ ਮੈਨੂੰ ਤੁਹਾਡੇ ਸਾਰੀਆਂ ਭੈਣਾਂ ਨਾਲ ਦਿਲੋਂ ਮੁਹੱਬਤ ਹੈਗੀ ਹੈ। ਜਦੋਂ ਵੀ ਮਿਲਾਂਗੇ ਮੈਨੂੰ ਲੱਗਦਾ ਤੁਸੀਂ ਮੈਨੂੰ ਬਹੁਤ ਸੋਹਣੀਆਂ ਲੱਗੋਗੀਆਂ, ਔਰ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਮੈਂ ਚੰਗੀ ਲੱਗਦੀ ਹਾਂ ਉਹਨਾਂ ਨੂੰ ਮੇਰਾ ਚਿਹਰਾ ਵੀ ਚੰਗਾ ਲੱਗਦਾ ਹੋਊਗਾ, ਕਿਉਂਕਿ ਜਿਹੜਾ ਚਿਹਰਾ ਹੈ ਉਹ ਖੂਬਸੂਰਤੀ ਨਹੀਂ ਹੁੰਦੀ, ਚਿਹਰੇ ਦੀ ਖੂਬਸੂਰਤੀ ਨੂੰ ਖੂਬਸੂਰਤੀ ਨਹੀਂ ਕਹਿੰਦੇ। ਜਿਵੇਂ ਕਹਿੰਦੇ ਹੁੰਦੇ ਆ ਸੀਰਤ ਹੁੰਦੀ ਹੈ ਨਾ, ਇੱਕ ਸੀਰਤ ਇੱਕ ਹੁੰਦੀ ਹੈ ਸੂਰਤ, ਤੇ ਜਿਹੜੀ ਸੀਰਤ ਅੱਛੀ ਹੋਵੇ ਜਿਹੜੀ ਦੀ ਉਹ ਚੰਗਾ ਲੱਗਦਾ ਹੁੰਦਾ ਆਪਾਂ ਨੂੰ, ਹੈ ਨਾ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕੋਈ ਮਤਲਬ ਕਿ ਚਲੋ ਪਰਮਾਤਮਾ ਦੇ ਬਣਾਏ ਹੋਏ ਜੀਵ ਨੇ ਸਾਰੇ, ਹੈ ਨਾ, ਕੋਈ ਜ਼ਿਆਦਾ ਸੋਹਣਾ ਹੁੰਦਾ ਕੋਈ ਘੱਟ ਸੋਹਣਾ ਹੁੰਦਾ, ਤੇ ਆਪਾਂ ਚਿਹਰਾ ਦੇਖ ਕੇ ਅਗਲੇ ਨੂੰ ਕਹਿ ਦਿੰਦੇ ਹਾਂ ਕਿ ਇਹ ਸੋਹਣੀ ਨਹੀਂ ਹੈਗੀ, ਹੈ ਨਾ। ਪਰ ਜਦੋਂ ਉਹਦੇ ਨਾਲ ਗੱਲਬਾਤ ਕਰਦੇ ਆ ਨਾ ਅਸੀਂ, ਉਹ ਸਾਡੇ ਧੁਰ ਅੰਦਰ ਤੱਕ ਲੈ ਜਾਂਦੀ ਹੈ, ਉਹ ਲੇਡੀ ਹੋਵੇ ਕੋਈ ਬੱਚਾ ਹੋਵੇ ਕੋਈ ਵੀ ਹੋਵੇ, ਹੈ ਨਾ, ਇਨਸਾਨ ਮਤਲਬ ਕਿ। ਤੇ ਆਪਾਂ ਨੂੰ ਉਹੀ ਚਿਹਰਾ ਜਿਹੜਾ ਆਪਾਂ ਭੁੱਲ ਜਾਂਦੇ ਹਾਂ ਤੇ ਉਹਦੀ ਜਿਹੜੀ ਸੀਰਤ ਆ ਉਹ ਸਾਨੂੰ ਯਾਦ ਰਹਿੰਦੀ ਹੈ, ਸਾਨੂੰ ਉਹਦਾ ਸੁਭਾਅ ਯਾਦ ਰਹਿੰਦਾ। ਸੋ ਬਸ ਗੱਲ ਇੰਨੀ ਕਹਿ ਕੇ, ਸੁਭਾਅ ਤਾਂ ਸਾਨੂੰ ਬਾਅਦ 'ਚ ਪਤਾ ਲੱਗਦਾ ਪਰ ਸੂਰਤ ਸਾਡੇ ਪਹਿਲਾਂ ਹੀ ਸਾਹਮਣੇ ਆ ਜਾਂਦੀ ਹੈ। ਸੋ ਆਪਾਂ ਸੂਰਤ ਨੂੰ ਦੇਖ ਕੇ ਬਹੁਤ ਸਾਰੀ ਜੱਜਮੈਂਟ ਆ ਜਿਹੜੀ ਉਹ ਲਾ ਲੈਂਦੇ ਹੁੰਦੇ ਹਾਂ। ਸੋ ਭੈਣੋ ਤੁਸੀਂ ਮੇਰੀ ਜੱਜਮੈਂਟ ਲਾ ਲਿਓ ਆਪੇ ਹੀ ਕਿ ਮੇਰੀ ਰਿਟਾਇਰਮੈਂਟ ਕਦੋਂ ਹੋਊਗੀ। ਚਲੋ ਆਪਾਂ ਤੁਹਾਨੂੰ ਬੁਲਾ ਲਾਂਗੇ ਜਦੋਂ ਰਿਟਾਇਰਮੈਂਟ ਹੋਊਗੀ, ਹਜੇ ਆਪਾਂ ਅਜੇ ਵੇਟ ਕਰੋ, ਠੀਕ ਹੈ ਜੀ। ਤੇ ਚਲੋ ਇਹਦਾ ਮੈਂ ਨਾ ਬਲੌਗ ਨੂੰ ਹਲਕਾ ਫੁਲਕਾ ਬਣਾਉਣ ਲਈ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਨਾਲ ਕਰ ਲੈਂਦੀ ਹਾਂ। ਸੋ ਅੱਜ ਜਿਹੜਾ ਮੇਰਾ ਮੇਨ ਮੋਟਿਵ ਹੈਗਾ, ਜਿਹੜਾ ਕਿ ਮੈਂ ਪਰਸੋਂ ਬਲੌਗ ਬਣਾਉਣਾ ਸੀਗਾ ਕਿ ਅੱਖਾਂ ਦੀ ਐਨਕ ਹੈ ਜਿਹੜੀ ਉਸ ਨੂੰ ਕਿਵੇਂ ਉਤਾਰਿਆ ਜਾਵੇ, ਹੈ ਨਾ। ਤੇ ਗੱਲ ਇਹ ਹੈ ਕਿ ਜੇ ਤਾਂ ਹੁਣ ਜਿਵੇਂ ਆਪਾਂ ਆਪਣੇ ਹਿਸਾਬ ਨਾਲ ਦੇਖੀਏ, ਜਿਹੜੀਆਂ ਭੈਣਾਂ ਮੇਰੇ ਵਰਗੀਆਂ ਨੇ ਜਾਂ 40+ ਨੇ, 40 ਸਾਲ ਤੋਂ ਜ਼ਿਆਦਾ ਦੀਆਂ ਨੇ, ਉਹਨਾਂ ਦੀ ਜਿਹੜੀ ਐਨਕ ਹੈਗੀ ਹੈ ਉਹ ਸਟੇਬਲ ਹੋ ਜੂਗੀ ਨਿਗਾਹ। ਕਈ ਵਾਰੀ ਟਿਕਦੀ ਨਹੀਂ ਹੁੰਦੀ ਕਿ ਨੰਬਰ ਵੱਧਦਾ ਜਾਂਦਾ, ਉਹ ਮੈਂ ਤੁਹਾਨੂੰ ਕਹਿ ਸਕਦੀ ਹਾਂ 100% ਕਿ ਉਹ ਨਿਗਾਹ ਜਿਹੜੀ ਤੁਹਾਡੀ ਸਟੇਬਲ ਹੋ ਜੂਗੀ। ਔਰ ਹੋ ਸਕਦਾ, ਔਰ ਇੱਕ ਐਕਸਰਸਾਈਜ਼ ਜ਼ਰੂਰ ਦੱਸੂਗੀ ਜਿਹਦੇ ਨਾਲ ਤੁਹਾਡੀ ਨਿਗਾਹ ਜਿਹੜੀ ਉਹ ਇੰਪਰੂਵ ਵੀ ਹੋਣੀ ਸ਼ੁਰੂ ਹੋ ਜੂਗੀ, ਸਟੇਬਲ ਹੀ ਨਹੀਂ ਬਲਕਿ ਇੰਪਰੂਵ ਵੀ ਹੋਊਗੀ।
ਤੇ ਹੁਣ ਮੈਂ ਜਿਹੜਾ ਦੱਸ ਰਹੀ ਹਾਂ ਕਿਉਂਕਿ ਐਕਸਰਸਾਈਜ਼ਾਂ ਬੱਚੇ ਆ ਜਿਹੜੇ ਉਹ ਨਹੀਂ ਕਰਦੇ ਜਾਂ ਯੰਗ ਮੁੰਡੇ ਕੁੜੀਆਂ ਬਹੁਤ ਘੱਟ ਕਰਦੇ ਨੇ ਹਨਾ, ਤੇ ਇਸ ਕਰਕੇ ਆਪਾਂ ਇੱਕ ਹੋਰ ਨੁਸਖਾ ਤਿਆਰ ਕੀਤਾ ਜਿਹਦੇ ਨਾਲ ਜਿਹੜੇ ਬੱਚੇ ਨੇ ਜਾਂ ਯੰਗ ਲੜਕੇ ਲੜਕੀਆਂ ਨੇ ਉਹਨਾਂ ਦੀ ਨਿਗਾਹ ਜਿਹੜੀ ਉਹ ਬਿਲਕੁਲ ਇੰਪਰੂਵ ਹੋਊਗੀ ਔਰ ਚਸ਼ਮਾ ਵੀ ਉਤਰੂਗਾ। ਠੀਕ ਹੈ ਜੀ, 100% ਮੈਂ ਗਰੰਟੀ ਨਾਲ ਤੁਹਾਨੂੰ ਦੱਸਦੇ ਹਾਂ ਚਸ਼ਮਾ ਉਤਰੂਗਾ। ਪਰ ਭੈਣਾਂ ਤੁਸੀਂ ਦੇਖਣ ਸਾਰੇ ਨਾ ਕਿਹੋ ਕਿ ਇਹਦੇ ਨਾਲ ਠੀਕ ਨਹੀਂ ਹੁੰਦਾ। ਪਹਿਲਾਂ ਤਾਂ ਪਹਿਲੀ ਗੱਲ ਤਾਂ ਮੈਂ ਹਮੇਸ਼ਾ ਕਹਿੰਦੀ ਨੈਗੇਟਿਵਿਟੀ ਬਿਲਕੁਲ ਨਾ ਲੈ ਕੇ ਆਓ, ਪੋਜ਼ਿਟਿਵਿਟੀ ਨੂੰ ਇੱਥੋਂ ਇੱਥੋਂ ਤੱਕ ਭਰ ਕੇ ਰੱਖੋ। ਠੀਕ ਹੈ, ਨੈਗੇਟਿਵਿਟੀ ਲਈ ਕੋਈ ਜਗ੍ਹਾ ਹੀ ਨਾ ਛੱਡੋ। ਅਤੇ ਇਹ ਨਾ ਕਿਹੋ ਕਿ ਇਹਦੇ ਨਾਲ ਠੀਕ ਨਹੀਂ ਹੁੰਦਾ, ਠੀਕ ਹੁੰਦਾ ਪਰ ਥੋੜ੍ਹੇ ਜਿਹੇ ਪੇਸ਼ੈਂਸ ਦੀ ਲੋੜ ਹੁੰਦੀ ਹੈ ਅਤੇ ਸਾਨੂੰ ਸਬਰ ਰੱਖਣ ਦੀ ਲੋੜ ਹੁੰਦੀ ਹੈ। ਕੁਛ ਟਾਈਮ ਜ਼ਰੂਰ ਲੱਗ ਜਾਂਦਾ ਹੈ, ਕੋਈ ਜਾਦੂ ਤਾਂ ਹੁੰਦਾ ਨਹੀਂ ਹੈ ਜਾਂ ਕੋਈ ਐਲੋਪੈਥਿਕ ਮੈਡੀਸਨ ਤਾਂ ਹੈ ਨਹੀਂ ਹੈ ਕਿ ਖਾਈ ਅਤੇ ਨਾਲ ਦੀ ਨਾਲ ਸਾਡਾ ਸਿਰ ਦਰਦ ਬੰਦ, ਨਾਲ ਦੀ ਨਾਲ ਸਾਡਾ ਬੁਖਾਰ ਉਤਰ ਗਿਆ ਜਾਂ ਪੇਟ ਦਰਦ ਹੈ ਤਾਂ ਨਾਲ ਦੀ ਨਾਲ ਠੀਕ, ਦੰਦ ਦਰਦ ਜਿਵੇਂ ਮੇਰੇ ਤਾਂ 1-2 ਦਿਨ ਪਹਿਲਾਂ ਹੀ ਹੋ ਗਏ ਹਟੇ ਤੁਹਾਨੂੰ ਪਤਾ ਹੀ ਹੈ ਨਾ, ਅਤੇ ਮੇਰੀ ਤਾਂ ਮੈਡੀਸਨ ਚੱਲ ਹੀ ਰਹੀ ਹੈ ਹਜੇ, ਅਤੇ ਆਪਾਂ ਟੈਬਲੇਟ ਖਾਂਦੇ ਹਾਂ ਨਾਲ ਦੀ ਨਾਲ ਆਪਾਂ ਠੀਕ ਹੈ, ਕੋਈ ਜਾਦੂ ਤਾਂ ਹੈ ਨਹੀਂ ਗਾ। ਜਿਹੜੇ ਦੇਸੀ ਨੁਸਖੇ ਹੁੰਦੇ ਨੇ ਨਾ ਉਹਨਾਂ ਨਾਲ ਟਾਈਮ ਲੱਗਦਾ ਹੁੰਦਾ ਅਤੇ ਸਾਨੂੰ ਵੇਟ ਕਰਨੀ ਪੈਂਦੀ ਹੈ, ਪੇਸ਼ੈਂਸ ਰੱਖਣਾ ਪੈਂਦਾ ਪਰ ਰੈਗੂਲਰਲੀ ਉਹ ਕਰਨਾ ਪੈਂਦਾ। ਅਤੇ ਜੇ ਤੁਸੀਂ ਉਹ ਕਰ ਲਓਗੇ ਤੁਹਾਡੇ ਬੱਚਿਆਂ ਦੀ, ਯੰਗ ਲੜਕੇ ਲੜਕੀਆਂ ਦੀ, ਛੋਟੇ ਬੱਚਿਆਂ ਦੀ ਐਨਕ ਹੈ ਜਿਹੜੀ ਉਹ ਬਿਲਕੁਲ ਉਤਰ ਜੂਗੀ। ਠੀਕ ਹੈ ਜੀ, ਅਤੇ ਐਨਕ ਹੈ ਜਿਹੜੀ ਇਹ ਵੀ ਇੱਕ ਪੰਗਾ ਹੀ ਹੁੰਦਾ ਜੀ, ਬਹੁਤ ਔਖਾ। ਗਰਮੀਆਂ ਦੇ ਵਿੱਚ ਤਾਂ ਇਹ ਹੋਰ ਵੀ ਜ਼ਿਆਦਾ ਔਖਾ ਕਰਦੀ ਹੈ, ਜਦੋਂ ਪਸੀਨਾ ਆਈ ਜਾਂਦਾ ਪਸੀਨਾ ਆਈ ਜਾਂਦਾ ਬਹੁਤ ਔਖਾ ਕਰਦੀ ਹੈ। ਸਰਦੀ 'ਚ ਚਲੋ ਸਰਦੀ ਦੇ ਵਿੱਚ ਵੀ ਤਰੇਲ ਪੈਂਦੀ ਹੈ ਜਦੋਂ ਕਿਤੇ ਜਾਂਦੇ ਹਾਂ, ਧੁੰਦ ਜਿਹੜੀ ਪੈਂਦੀ ਉਹ ਸਾਰੇ ਭਰ ਜਾਂਦੀ ਹੈ ਹਨਾ ਐਨਕ। ਚਲੋ ਜੋ ਵੀ ਹੈ ਆਪਣੀ ਤਾਂ ਐਨਕ ਹੁਣ ਉੱਤਰ ਨੂੰ ਰਹੀ, ਪਰ ਜੇ ਆਪਾਂ ਐਕਸਰਸਾਈਜ਼ ਕਰਾਂਗੇ ਉਹਦੇ ਨਾਲ ਆਪਣੀ ਐਨਕ ਜਿਹੜੀ ਉਹ ਉੱਤਰ ਵੀ ਸਕਦੀ ਹੈ, ਪਰ ਨਿਗਾਹ ਤਾਂ ਇੰਪਰੂਵ ਜ਼ਰੂਰ ਹੋਊਗੀ। ਔਰ ਮੇਰਾ ਕੋਈ ਨੋਨ ਹੈ ਜਿਹਨੇ ਉਹ ਐਕਸਰਸਾਈਜ਼ ਕਰਕੇ ਆਪਣੀ ਨਿਗਾਹ ਇੰਪਰੂਵ ਕਰ ਲਈ ਹੈ। ਠੀਕ ਹੈ ਜੀ, ਸੋ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ, ਗੱਲਾਂ ਜ਼ਿਆਦਾ ਨਾ ਕਰੀਏ ਫਿਰ ਵਲੌਗ ਹੋ ਜਾਊਗਾ ਲੰਬਾ, ਅਤੇ ਆਪਾਂ ਨੁਸਖਾ ਜਿਹੜਾ ਉਹ ਤਿਆਰ ਕਰੀਏ। ਠੀਕ ਹੈ ਜੀ, ਅਤੇ ਉਹਦੇ ਲਈ ਆਪਾਂ ਕੀ ਲੈ ਕੇ ਆਏ ਹਾਂ, ਮੈਂ ਕੈਮਰਾ ਥੋੜ੍ਹਾ ਜਿਹਾ ਨੇੜੇ ਕਰ ਲਾਂ। ਲਓ ਜੀ, ਪਹਿਲਾਂ ਤਾਂ ਆਪਾਂ ਲਈ ਹੈਗੀ ਆ ਇਹ ਸੌਂਫ, ਠੀਕ ਹੈ, ਨੀਚੇ ਕਰਕੇ ਦਿਖਾਉਣੀ ਹੈ। ਇਹ ਲਈ ਹੈ ਜੀ ਆਪਾਂ ਸੌਂਫ ਲਈ ਹੈ, ਇਹ ਵਾਲੀ ਕੌਲੀ, ਕੋਈ ਜ਼ਿਆਦਾ ਵੱਡੀ ਕੌਲੀ ਨਹੀਂ ਹੈ ਆਪਣੇ ਕੋਲ ਇਹ, ਅਤੇ ਜਿੰਨੀ ਸੌਂਫ ਲੈ ਲਈ ਜਿੰਨੀ ਮਰਜ਼ੀ ਲੈ ਲਓ ਤੁਸੀਂ ਜੀ, ਜਿੰਨੀ ਸੌਂਫ ਲੈ ਲਈ, ਸੋਰੀ ਮੋਟੀ ਸੌਂਫ ਲੈਣੀ ਹੈ। ਇੱਕ ਤਾਂ ਹੁੰਦੀ ਹੈ ਨਾ ਬਹੁਤ ਬਰੀਕ ਬਰੀਕ ਜੀ ਸੌਂਫ, ਇਹ ਹੈਗੀ ਹੈ ਥੋੜ੍ਹੀ ਜਿਹੀ ਮੋਟੀ ਸੌਂਫ, ਮੈਂ ਹੱਥ 'ਤੇ ਪਾ ਕੇ ਦਿਖਾਉਣੀ ਹੈ ਤੁਹਾਨੂੰ। ਆਹ ਲਓ, ਇਹ ਜਿਹੜੀ ਥੋੜ੍ਹੀ ਜਿਹੀ ਮੋਟੀ ਸੌਂਫ ਹੁੰਦੀ ਹੈ, ਬਰੀਕ ਵਾਲੀ ਸੌਂਫ ਨਹੀਂ ਲੈਣੀ, ਮੋਟੀ ਸੌਂਫ ਲੈਣੀ ਹੈ। ਅਤੇ ਉਨੇ ਹੀ ਆਪਾਂ ਲੈਣੇ ਹੈਗੇ ਜੀ ਬਦਾਮ, ਜਿੰਨੀ ਸੌਂਫ ਲੈ ਲਈ, ਇੱਕ ਬਾਊਲ ਲੈ ਲਿਆ, ਇੱਕ ਕੌਲੀ ਲੈ ਲਈ ਮੈਂ ਸੌਂਫ ਦੀ, ਇੱਕ ਕੌਲੀ ਲੈ ਲਈ ਮੈਂ ਬਦਾਮਾਂ ਦੀ। ਅਤੇ ਇਹ ਹੈਗੀ ਹੈ ਜੀ ਆਪਣੇ ਕੋਲ ਮਿਸ਼ਰੀ, ਤੁਸੀਂ ਧਾਗੇ ਵਾਲੀ ਮਿਸ਼ਰੀ ਉਹੀ ਲੈਣੀ ਹੈ, ਦੂਜੀ ਮਿਸ਼ਰੀ ਨਹੀਂ ਲੈਣੀ ਹੈਗੀ। ਇਹ ਆਪਣੇ ਕੋਲ ਧਾਗੇ ਵਾਲੀ ਮਿਸ਼ਰੀ ਹੈ, ਇਹ ਅੰਦਾਜ਼ੇ ਨਾਲ ਹੀ ਜਿੰਨੀ ਕੌਲੀਆਂ ਦੇ ਵਿੱਚ ਬਦਾਮ ਪਏ ਨੇ ਜਾਂ ਸੌਂਫ ਪਈ ਆ ਉਨੀ ਕੀ ਆਪਾਂ ਇਹ ਮਿਸ਼ਰੀ ਪਾਵਾਂਗੇ। ਅਤੇ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਆਪਾਂ ਪਾਊਡਰ ਬਣਾਉਣੇ ਆ। ਪਹਿਲਾਂ ਤਾਂ ਆਪਾਂ ਜਾਰ ਕੋਲ ਜੱਗ ਰੱਖ ਰੱਖਿਆ ਇਹ, ਠੀਕ ਹੈ, ਗ੍ਰਾਈਂਡਰ। ਅਤੇ ਹੁਣ ਆਪਾਂ ਇਹਦੇ ਵਿੱਚ ਇੱਕ ਇੱਕ ਕਰਕੇ ਚੀਜ਼ ਪਾ ਲਾਂਗੇ। ਵਾਹਿਗੁਰੂ, ਪਹਿਲਾਂ ਤਾਂ ਆਪਾਂ ਸੌਂਫ ਪਾ ਲਈ ਅਤੇ ਇਹਦੇ ਨਾਲ ਆਪਾਂ ਗ੍ਰਾਈਂਡ ਕਰਦੇ ਹਾਂ। ਠੀਕ ਹੈ ਜੀ, ਲਓ ਜੀ, ਲਓ ਜੀ, ਬਿਲਕੁਲ ਬਰੀਕ ਪਾਊਡਰ ਹੈ ਜਿਹੜਾ ਉਹ ਆਪਣਾ ਬਣ ਕੇ ਰੈਡੀ ਹੋਇਆ। ਮੈਂ ਦਿਖਾਉਣੀ ਆ ਤੁਹਾਨੂੰ, ਕਿਸੇ ਬਰਤਨ 'ਚ ਕੱਢਦੇ ਹਾਂ ਆਪਾਂ। ਲਓ ਜੀ, ਪੱਖਾ ਆਪਾਂ ਨੂੰ ਬੰਦ ਕਰਨਾ ਪੈ ਗਿਆ ਕਿਉਂਕਿ ਫਿਰ ਇਹ ਸੌਂਫ ਹੈ ਜਿਹੜੀ ਉਹ ਉੱਡੂਗੀ ਹਵਾ ਨਾਲ। ਆ ਲਓ ਜੀ, ਦੇਖੋ ਬਿਲਕੁਲ ਬਰੀਕ ਪਾਊਡਰ ਬਣ ਕੇ ਰੈਡੀ ਹੋਇਆ ਆਪਣਾ। ਇਹਨੂੰ ਆਪਾਂ ਇਹ ਬਾਊਲ ਦੇ ਵਿੱਚ ਕੱਢ ਦਿੰਦੇ ਹਾਂ। ਠੀਕ ਹੈ,
ਹੁਣ ਇਹਦੇ ਵਿੱਚ ਆਪਾਂ ਪਾ ਲੈਂਦੇ ਹਾਂ ਬਦਾਮ। ਲਓ ਜੀ ਬਿਲਕੁਲ ਬਰੀਕ ਪਾਊਡਰ ਹੋ ਗਿਆ, ਬਿਲਕੁਲ ਆ ਦਿਖਦਾ ਹੋਊਗਾ ਤੁਹਾਨੂੰ, ਐਂ ਦੇਖ ਲਓ ਬਿਲਕੁਲ ਬਰੀਕ ਪਾਊਡਰ। ਲਓ ਲਓ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਆਪਾਂ ਕਿੰਨੀ ਕੁ ਮਿਸ਼ਰੀ ਲੈਣੀ ਆ। ਦੇਖੋ ਜੀ ਮਿਸ਼ਰੀ ਦਾ ਤਾਂ ਐਂ ਹੁੰਦਾ ਵੀ ਜੇ ਮਿੱਠਾ ਮੁੱਠਾ ਇਹਦਾ ਹੀ ਹੈ ਤਾਂ ਹੋਰ ਕੋਈ ਚੱਕਰ ਨਹੀਂ ਹੈ। ਆ ਲਓ ਇੰਨੀ ਕੁ ਮਿਸ਼ਰੀ ਲੈ ਲਈ ਹੈ ਮੈਂ, 19 ਕੀ ਹੈ ਤਕਰੀਬਨ ਜਿੰਨਾ ਕੁ ਆਪਣਾ ਉਹ ਸੀਗੇ ਬਦਾਮ ਅਤੇ ਸੌਂਫ। ਹੁਣ ਮੈਂ ਥੋੜ੍ਹੀ ਜਿਹੀ ਇਹਨੂੰ ਬਰੀਕ ਕਰਕੇ ਕੁੱਟ ਲੈਂਦੀ ਹਾਂ ਕਿਉਂਕਿ ਮਿਕਸੀ ਨਾ ਭਣੀ ਜਾ ਰਹੀ ਨਾ ਟੁੱਟ ਜਾਵੇ। ਮੈਂ ਥੋੜ੍ਹਾ ਜਿਹਾ ਡਰਦੀ ਹਾਂ ਕਿਤੇ ਇਹਦੇ ਬਲੇਡ ਟੁੱਟ ਜਾਣ, ਫਿਰ ਆਪਾਂ ਨੂੰ ਦਕੰਮਣ ਹੋ ਜਾਊਗਾ। ਨਾਲੇ ਇਹਦੇ 'ਚ ਨਾ ਜੇ ਕੋਈ ਧਾਗਾ ਵਗੈਰਾ ਆਪਾਂ ਨੂੰ ਦਿਸੇ ਤਾਂ ਉਹ ਆਪਾਂ ਕੱਢ ਸਕਦੇ ਹਾਂ। ਦੇਖੋ ਜਿਵੇਂ ਇਹਦੇ ਵਿੱਚ ਆ ਧਾਗਾ ਹੈਗਾ, ਧਾਗੇ ਨੂੰ ਕੱਢਣਾ ਬਹੁਤ ਜ਼ਰੂਰੀ ਹੈਗਾ। ਲਓ ਜੀ ਇਹ ਧਾਗਾ ਆਪਾਂ ਕੱਢ ਦੇਣਾ ਧਿਆਨ ਨਾਲ ਦੇਖ ਕੇ, ਅਤੇ ਹੁਣ ਇਹ ਮਾੜੀ ਜਿਹੀ ਨਾਲ ਟੁੱਟ ਜੂਗੀ। ਬਸ ਮੈਨੂੰ ਥੋੜ੍ਹਾ ਜਿਹਾ ਇਹ ਹੈ ਕਿ ਇਹਦੇ ਬਲੇਡ ਨਾ ਖਰਾਬ ਹੋ ਜਾਣ, ਜਗਦੇ ਆਪਣੇ ਦੇ ਫਿਰ ਕੌਣ ਠੀਕ ਕਰਾਊਗਾ ਜੀ, ਫਿਰ ਪੰਗਾ ਛਿੜ ਜਾਂਦਾ। ਮੈਨੂੰ ਤਾਂ ਬਸ ਇਹੀ ਹੁੰਦਾ ਵੀ ਸੁੱਖ ਸਾਂਦ ਨਾਲ ਸਾਰੀਆਂ ਚੀਜ਼ਾਂ ਸਹੀ ਚੱਲੀ ਜਾਣ। ਲਓ ਬਿਲਕੁਲ ਬਰੀਕ ਪਾਊਡਰ ਬਣ ਗਿਆ ਇਹਦਾ ਵੀ, ਦਿਖਦਾ ਹੁਣ ਤੁਹਾਨੂੰ ਇਹਦੇ 'ਚ। ਠੀਕ ਹੈ ਜੀ ਤਿੰਨੇ ਚੀਜ਼ਾਂ ਨੂੰ ਆਪਾਂ ਹੁਣ ਕਰ ਲੈਂਦੇ ਹਾਂ ਮਿਕਸ, ਬਿਲਕੁਲ ਬਰੀਕ ਹੋ ਗਿਆ। ਅਤੇ ਹੁਣ ਮੈਂ ਇੱਕ ਚਮਚ ਦੇ ਨਾਲ ਇਹਨੂੰ ਮਿਕਸ ਕਰਦੀ ਹਾਂ। ਲਓ ਜੀ ਇੰਨਾ ਟੇਸਟੀ ਬਣਦਾ ਇਹ ਕਿਉਂਕਿ ਸੌਂਫ ਵੀ ਮਿੱਠੀ ਹੈ ਅਤੇ ਬਦਾਮ ਵੀ ਤੁਹਾਨੂੰ ਪਤਾ ਹੀ ਹੈ ਬਦਾਮ ਤਾਂ ਹੁੰਦੇ ਹੀ ਸਵਾਦ ਨੇ, ਹੈ ਨਾ। ਅਤੇ ਨਾਲ ਜਿਹੜੀ ਮਿਸ਼ਰੀ ਹੈਗੀ ਹੈ, ਮਿਸ਼ਰੀ ਤਾਂ ਸਾਰੇ ਬੱਚੇ ਖੁਸ਼ ਹੋ ਕੇ ਖਾਂਦੇ ਨੇ। ਸੌਂਫ ਬੱਚੇ ਥੋੜ੍ਹੀ ਜਿਹੀ ਵੈਸੇ ਘੱਟ ਖਾ ਕੇ ਰਾਜੀ ਨੇ, ਪਰ ਜਦੋਂ ਇਹਦੇ ਵਿੱਚ ਮਿਕਸ ਹੋ ਜਾਂਦੀ ਹੈ ਤਾਂ ਉਹਦਾ ਟੇਸਟ ਹੀ ਡਿਫਰੈਂਟ ਹੋ ਜਾਂਦਾ ਅਤੇ ਫਿਰ ਅੱਛੀ ਲੱਗਦੀ ਹੈ ਬੱਚਿਆਂ ਨੂੰ, ਸਾਰੇ ਖਾ ਲੈਂਦੇ ਨੇ। ਲਓ ਜੀ ਆਪਣਾ ਜਿਹੜਾ ਇਹ ਡਾਇਟ ਕਹਿ ਲਓ ਇਹਨੂੰ, ਨੁਸਖਾ ਕਹਿ ਲਓ, ਪਾਊਡਰ ਕਹਿ ਲਓ, ਕੁਛ ਵੀ ਕਹਿ ਲਓ ਇਹਨੂੰ, ਇਹ ਬਿਲਕੁਲ ਬਣ ਕੇ ਰੈਡੀ ਹੈ। ਦੇਖੋ ਤੁਸੀਂ ਇਸ ਤਰ੍ਹਾਂ ਦਾ ਬਣ ਜੂਗਾ। ਠੀਕ ਹੈ ਜੀ ਬਹੁਤ ਵਧੀਆ ਅਤੇ ਟੇਸਟ ਵਿੱਚ ਬਹੁਤ ਅੱਛਾ ਹੈ। ਅਤੇ ਇੱਕੋ ਜਿਹੀ ਮਾਤਰਾ ਦੇ ਵਿੱਚ ਤਿੰਨੇ ਚੀਜ਼ਾਂ ਆਪਾਂ ਲੈਣੀਆਂ ਨੇ, ਉਹਨਾਂ ਨੂੰ ਪੀਸ ਲੈਣਾ, ਪੀਸ ਕੇ ਇਸ ਤਰ੍ਹਾਂ ਮਿਕਸ ਕਰ ਲੈਣਾ। ਆਹ ਦੇਖੋ ਇਹਦਾ ਟੇਸਟ ਵੀ ਵਧੀਆ ਆਊਗਾ ਅਤੇ ਕਲਰ ਇਸ ਤਰ੍ਹਾਂ ਦਾ ਆਊਗਾ। ਠੀਕ ਹੈ ਜੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਨੂੰ ਲੈਣਾ ਕਿਵੇਂ ਆ।
ਲਓ ਜੀ ਆਪਾਂ ਮਿਕਸਚਰ ਤਾਂ ਰੈਡੀ ਕਰ ਲਿਆ ਸੀਗਾ ਤੇ ਜਦੋਂ ਮੈਂ ਤੁਹਾਨੂੰ ਦੱਸਣ ਲੱਗੀ ਕਿ ਕਿਸ ਤਰ੍ਹਾਂ ਉਹ ਲੈਣੀ ਆ ਤੇ ਮੈਂ ਲੌਬੀ 'ਚ ਬੈਠ ਕੇ ਦੱਸਣ ਲੱਗੀ ਤੇ ਮਾਈਕ ਬੰਦ ਹੋ ਗਿਆ ਤੇ ਜਦੋਂ ਉਦੋਂ ਤਾਂ ਮੈਨੂੰ ਪਤਾ ਨਹੀਂ ਲੱਗਿਆ ਜਦੋਂ ਮੈਂ ਬਾਅਦ 'ਚ ਬੈਠ ਕੇ ਸੁਣੀ ਉਹ ਤੇ ਉਹਦੀ ਆਵਾਜ਼ ਬਿਲਕੁਲ ਹੀ ਨਹੀਂ ਆ ਰਹੀ ਸੀ ਸੋ ਮੈਨੂੰ ਹੁਣ ਰਾਤ ਨੂੰ ਮੈਂ ਐਡੀਟਿੰਗ ਕਰਨ ਲੱਗੀ ਸੀਗੀ ਤੇ ਆਵਾਜ਼ ਜਮ੍ਹਾਂ ਨਹੀਂ ਆ ਰਹੀ ਸੀ ਤੇ ਹੁਣ ਮੈਂ ਦੁਬਾਰਾ ਤੋਂ ਬਣਾਉਣਾ ਸ਼ੁਰੂ ਕੀਤਾ ਫਿਰ ਮੈਂ ਮਾਈਕ ਲਾ ਕੇ ਤੇ ਉਹ ਆਪਾਂ ਜਿਹੜਾ ਮਿਕਸਚਰ ਬਣਾਇਆ ਹੈਗਾ ਮਿਸ਼ਰਣ ਬਣਾਇਆ ਹੈਗਾ ਉਹਦੇ ਵਿੱਚ ਨਾ ਆਪਾਂ ਭੂਰੀ ਮਿਰਚ ਵੀ ਪਾ ਸਕਦੇ ਹਾਂ ਪਰ ਮੈਂ ਉਹ 'ਚ ਮੇਰੇ ਕੋਲ ਤਾਂ ਉਹ ਹੈ ਨਹੀਂ ਸੀ ਮੈਂ ਤਾਂ ਨਹੀਂ ਪਾਈ ਹੈਗੀ ਅਤੇ ਵੈਸੇ ਜੇ ਬੱਚਿਆਂ ਨੇ ਖਾਣਾ ਹੈ ਤਾਂ ਉਹਦੇ ਵਿੱਚ ਥੋੜ੍ਹੀ ਜਿਹੀ ਘੱਟ ਪਾ ਲਓ ਭਾਵੇਂ 5-4 ਪਾ ਲਓ ਉਹਦੇ ਵਿੱਚ ਭੂਰੀਆਂ ਮਿਰਚਾਂ ਜ਼ਰੂਰ ਐਡ ਕਰਿਓ ਤੁਸੀਂ ਠੀਕ ਹੈ ਜੀ 4 ਚੀਜ਼ਾਂ ਬਣਾ ਲਿਓ ਅਤੇ ਉਦੋਂ ਮੈਂ ਭੁੱਲ ਗਈ ਤੁਹਾਨੂੰ ਦੱਸਣਾ ਅਤੇ ਮੇਰੇ ਕੋਲ ਤਾਂ ਨਹੀਂ ਸੀਗੀਆਂ ਘਰੇ ਮੈਂ ਇਸ ਕਰਕੇ ਉਹਦੇ 'ਚ ਨਹੀਂ ਪਾਈਆਂ ਪਰ ਉਹਦੇ ਲਈ ਜ਼ਰੂਰੀ ਹੈ ਭਾਵੇਂ ਤੁਸੀਂ ਥੋੜ੍ਹੀਆਂ ਪਾ ਲਓ 5-4 ਕੁ ਪਾ ਲਓ ਕਿਉਂਕਿ ਜ਼ਿਆਦਾ ਬੱਚੇ ਖਾਂਦੇ ਨਹੀਂ ਹੈਗੇ ਅਤੇ ਉਸ ਤੋਂ ਬਾਅਦ ਚਲੋ ਜੀ ਉਹ ਆਪਣਾ ਹੋ ਗਿਆ ਰੈਡੀ ਅਤੇ ਹੁਣ ਲੈਣਾ ਕਿਵੇਂ ਆ ਸਵੇਰੇ ਬੱਚਿਆਂ ਨੂੰ ਚਮਚ ਇੱਕ ਭਰ ਕੇ ਤੁਸੀਂ ਉਹਨੂੰ ਜੇ ਦੁੱਧ ਨਾਲ ਦੇ ਦਿਓ ਤਾਂ ਬਹੁਤ ਅੱਛੀ ਗੱਲ ਹੈ ਜੇ ਨਹੀਂ ਬੱਚੇ ਸਵੇਰੇ ਲੈਂਦੇ ਕਿਉਂਕਿ ਸਵੇਰੇ ਬੱਚਿਆਂ ਦਾ ਤਾਂ ਕੁਛ ਖਾਣ ਨੂੰ ਦਿਲ ਹੀ ਨਹੀਂ ਕਰਦਾ ਹੁੰਦਾ ਸਕੂਲ ਸਕੂਲ ਜਾਣ ਵੇਲੇ ਅਤੇ ਉਹ ਤੁਸੀਂ ਸ਼ਾਮ ਨੂੰ ਪੈਣ ਵੇਲੇ ਵੀ ਦੁੱਧ ਨਾਲ ਉਹਨਾਂ ਨੂੰ ਦੇ ਸਕਦੇ ਹੋ ਜੇ ਦੁੱਧ ਨਹੀਂ ਪੀਂਦਾ ਕੋਈ ਬੱਚਾ ਤਾਂ ਉਹਨੂੰ ਤੁਸੀਂ ਜਿਹੜਾ ਲਿਊਕ ਵਾਰਮ ਵਾਟਰ ਹੁੰਦਾ ਜਾਂ ਕੋਸਾ ਪਾਣੀ ਹੁੰਦਾ ਉਹਦੇ ਨਾਲ ਵੀ ਦੇ ਸਕਦੇ ਹੋ ਠੀਕ ਹੈ ਜੀ ਅਤੇ ਇਹ ਤੁਸੀਂ ਕੋਈ 5-4 ਮਹੀਨੇ ਦਿਓਗੇ ਅਤੇ ਉਸ ਤੋਂ ਬਾਅਦ ਜਿਹੜੀ ਐਨਕ ਹੈ ਉਹ ਹਟ ਜੂਗੀ ਨਿਗਾਹ ਜਿਹੜੀ ਵਧਣੀ ਸ਼ੁਰੂ ਹੋ ਜੂਗੀ ਪਰ ਇਹ ਤੁਹਾਨੂੰ ਰੈਗੂਲਰਲੀ ਕਰਨਾ ਪਊਗਾ ਇਹ ਨਹੀਂ ਹੈਗਾ ਵੀ ਤੁਸੀਂ ਥੋੜ੍ਹੇ ਜਿਹੇ ਦਿਨ ਕਰਕੇ ਅਤੇ ਉਸ ਤੋਂ ਬਾਅਦ ਸਮਾਨ ਤੁਹਾਡਾ ਮੁੱਕ ਜੇ ਅਤੇ ਦੁਬਾਰਾ ਲਿਆਉਣ ਦੀ ਤੁਸੀਂ ਘੋਲ ਕਰੀ ਰੱਖੋ ਫਿਰ ਮਹੀਨਾ ਕੱਢ ਦਿਓ ਅਤੇ ਇਸ ਕਰਕੇ ਐਡਵਾਂਸ ਦੇ ਵਿੱਚ ਹੀ ਸਮਾਨ ਆ ਜਿਹੜਾ ਉਹ ਰੈਡੀ ਰੱਖਿਓ ਅਤੇ ਬਣਾ ਲਿਆ ਕਰੋ ਅਤੇ ਪਰ ਇਹਦੇ ਵਿੱਚ ਤੁਸੀਂ ਨਾ ਗੇ ਨਾ ਹੀ ਪਾਓ ਤਾਂ ਅੱਛੀ ਗੱਲ ਹੈ ਲਗਾਤਾਰ ਦਿੰਦੇ ਰਹੋ ਅਤੇ ਪਰ ਇਹ ਵਰਕ ਜ਼ਰੂਰ ਕਰੂਗਾ ਬਹੁਤ ਵਧੀਆ ਨੁਸਖਾ ਹੈਗਾ ਬਹੁਤ ਹੀ ਜ਼ਿਆਦਾ ਵਧੀਆ 100% ਜਿਹੜੀ ਐਨਕ ਹੈਗੀ ਆ ਉਹ ਉਤਰ ਜੂਗੀ ਠੀਕ ਹੈ ਜੀ ਅਤੇ ਬਾਕੀ ਹੈਗੀ ਹੈ ਜੀ ਗੱਲ ਇੱਕ ਭੈਣ ਨੇ ਦਰਸ਼ਨ ਕੌਰ ਕੈਨੇਡਾ ਤੋਂ ਅਤੇ ਉਹਨਾਂ ਨੇ ਕਿਹਾ ਸੀਗਾ ਕੋਲੈਸਟਰੋਲ ਦਾ ਔਰ ਬਲਜਿੰਦਰ ਕੌਰ ਭੈਣ ਨੇ ਵੀ ਕੈਨੇਡਾ ਤੋਂ ਉਹਨਾਂ ਨੇ ਵੀ ਕਿਹਾ ਸੀ ਕੋਲੈਸਟਰੋਲ ਦਾ ਜਿਹੜੇ ਬਬਲਸ ਹੋ ਜਾਂਦੇ ਨੇ ਪੜਿਆਈਸ ਦੇ ਇੱਥੇ ਇੱਥੇ ਜਾਂ ਨੀਚੇ ਨੀਚੇ ਅਤੇ ਗੁਬਾਰੇ ਜੇ ਬਣ ਜਾਂਦੇ ਨੇ ਵੀ ਉਹ ਉਹਨਾਂ ਬਾਰੇ ਦੱਸੋ ਹੁਣ ਉਹਦੇ ਬਾਰੇ ਤਾਂ ਆਪਾਂ ਗੱਲ ਕਰਾਂਗੇ ਜੀ ਕੱਲ੍ਹ ਨੂੰ ਵੀ ਉਹ ਹੋ ਜਾਂਦੇ ਨੇ ਜਿਹੜੇ ਅਤੇ ਉਹਦਾ ਕੀ ਇਲਾਜ ਹੈ ਅਤੇ ਇੱਕ ਦਰਸ਼ਨ ਕੌਰ ਭੈਣ ਨੇ ਵੀ ਪੁੱਛਿਆ ਸੀਗਾ ਕਿ ਕੌਨਸਟੀਪੇਸ਼ਨ ਦਾ ਇਲਾਜ ਵੀ ਦੱਸੋ ਮਤਲਬ ਕਬਜ਼ ਦਾ ਇਲਾਜ ਵੀ ਦੱਸੋ ਉਹਦੇ ਲਈ ਭੈਣ ਮੈਂ ਇੱਕ ਪਾਇਆ ਸੀਗਾ ਵਲੌਗ ਅਲੱਗ ਤੋਂ ਹੀ ਕੌਨਸਟੀਪੇਸ਼ਨ 'ਤੇ ਅਤੇ ਚਲੋ ਮੈਂ ਤੁਹਾਨੂੰ ਵੈਸੇ ਦੱਸ ਦਿੰਦੀ ਹਾਂ ਕਿ ਉਹਦੇ ਵਾਸਤੇ ਤੁਸੀਂ ਹਰੜ ਜਲਾਬਾ ਲੈਣਾ ਹੈ ਅਤੇ ਪਲੱਸ ਉਹਦੇ ਵਿੱਚ ਗੁਲਕੰਦ ਅਤੇ ਗੁਲਾਬ ਦਾ ਅਰਕ ਠੀਕ ਹੈ ਜੀ ਅਤੇ ਇਹੀ ਸੀ ਨਾ ਗੁਲਾਬ ਦਾ ਅਰਕ ਮੈਂ ਬੀਬੀ ਨੂੰ ਪੁੱਛ ਰਹੀ ਹਾਂ ਅਤੇ ਹਰੜ ਜਲਾਬਾ ਜਿਹੜਾ ਉਹਦਾ ਚੂਰਨ ਬਣਾ ਲੈਣਾ ਪੀਸ ਕੇ ਅਤੇ ਗੁਲਕੰਦ ਹੈ ਜਿਹੜੀ ਉਹ ਲੈ ਲੈਣੀ ਹੈ ਅਤੇ ਤੁਸੀਂ ਪਤਾ ਕੀ ਕਰਨਾ ਜੀ ਇੱਕ ਚਮਚ ਗੁਲਕੰਦ ਇੱਕ ਚਮਚ ਗੁਲਾਬ ਦਾ ਅਰਕ ਅਤੇ ਇੱਕ ਚਮਚ ਜਿਹੜਾ ਹੈਗਾ ਹਰੜ ਜਲਾਬਾ ਦਾ ਚੂਰਨ ਤਿੰਨੇ ਚੀਜ਼ਾਂ ਇੱਕੋ ਹੀ ਮਾਤਰਾ ਵਿੱਚ ਲੈ ਕੇ ਰਾਤ ਨੂੰ ਲੈਣੀਆਂ ਨੇ ਪੈਣ ਤੋਂ ਪਹਿਲਾਂ ਰੋਟੀ ਖਾਣ ਤੋਂ ਬਾਅਦ ਅਤੇ ਇਹ ਕਰਦੇ ਕਰਦੇ ਤੁਹਾਡਾ ਪੇਟ ਹੈ ਜਿਹੜਾ ਬਿਲਕੁਲ ਸਾਫ਼ ਹੋਣ ਲੱਗ ਜੂਗਾ ਅਤੇ ਜਿਹੜੀ ਤੁਹਾਡੀ ਕੌਨਸਟੀਪੇਸ਼ਨ ਦੀ ਬਿਮਾਰੀ ਹੈਗੀ ਹੈ ਚਾਹੇ ਕਿੰਨੀ ਵੀ ਪੁਰਾਣੀ ਕਿਉਂ ਨਾ ਹੋਵੇ ਉਹ ਬਿਲਕੁਲ ਜੜ੍ਹ ਤੋਂ ਚੱਕੀ ਜਾਊਗੀ ਔਰ ਇੱਕ ਲੇਡੀ ਦਾ ਮੈਨੂੰ ਫੋਨ ਵੀ ਆਇਆ ਸੀਗਾ ਕਹਿੰਦੇ ਜੀ ਮੈਨੂੰ ਤਾਂ ਬਹੁਤ ਸਾਲ ਦੀ ਪ੍ਰੋਬਲਮ ਸੀਗੀ ਅਤੇ ਮੈਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਅਸੀਸਾਂ ਦਿੰਦੀ ਹਾਂ ਕਿ ਮੈਂ ਤਾਂ ਬਹੁਤ ਜ਼ਿਆਦਾ ਠੀਕ ਹੋ ਗਈ ਹਾਂ ਹੈ ਨਾ ਅਤੇ ਮੈਨੂੰ ਅੱਜ ਮਿਲੇ ਵੀ ਸੀਗੇ ਅੱਜ ਵੀ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਹੁਣ ਠੀਕ ਹਾਂ ਹਰੜ ਜਲਾਬਾ ਥੋੜ੍ਹਾ ਕੋਸਟਲੀ ਜ਼ਰੂਰ ਹੈਗਾ ਪਰ ਆਪਣੇ ਸਰੀਰ ਤੋਂ ਉੱਪਰ ਕੁਛ ਨਹੀਂ ਹੁੰਦਾ ਹੈ ਨਾ ਜੇ ਆਪਾਂ ਪੈਸੇ ਲਾ ਕੇ ਵੀ ਠੀਕ ਹੁੰਦੇ ਹਾਂ ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ ਸੋ ਭੈਣ ਜੀ ਤੁਹਾਨੂੰ ਸਮਝ ਆ ਗਈ ਹੋਣੀ ਆ ਜੇ ਫਿਰ ਵੀ ਕਿਸੇ ਕਿਸਮ ਦਾ ਕੋਈ ਡਾਊਟ ਹੋਇਆ ਤਾਂ ਤੁਸੀਂ ਮੇਰੇ ਨਾਲ ਫਿਰ ਗੱਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਅਤੇ ਫਿਰ ਆਪਾਂ ਫਿਰ ਤੁਹਾਨੂੰ ਕਲੀਅਰ ਕਰ ਦਾਂਗੇ ਸੋ ਜਿਹੜੇ ਅੱਜ ਆਪਣਾ ਮੇਨ ਮੋਟਿਵ ਸੀਗਾ ਜਿਹੜਾ ਉਹ ਬੱਚਿਆਂ ਦੀਆਂ ਐਨਕਾਂ ਯੰਗ ਬੱਚਿਆਂ ਦੀਆਂ ਐਨਕਾਂ ਇਹ ਨਹੀਂ ਆ ਕਿ ਛੋਟੇ ਬੱਚਿਆਂ ਦੀਆਂ ਐਨਕਾਂ
ਸਾਰਿਆਂ ਦੀਆਂ ਹੀ ਐਨਕਾਂ ਉੱਤਰ ਜਾਂਦੀਆਂ ਨੇ, ਪਰ ਏਜ ਫੈਕਟਰ ਵੀ ਕੋਈ ਚੀਜ਼ ਹੁੰਦੀ ਆ, ਹੈ ਨਾ। ਜਿਵੇਂ ਆਪਾਂ ਆਪਣੀ ਜਿਹੜੀ ਹੈਗੀ ਆ ਉਹ ਥੋੜ੍ਹੀ ਜਿਹੀ ਸਟੇਬਲ ਜ਼ਰੂਰ ਹੋਜੂਗੀ। ਅਤੇ ਮੈਂ ਤੁਹਾਨੂੰ ਦੱਸਣੀ ਸੀਗੀ ਅੱਜ ਐਕਸਰਸਾਈਜ਼, ਅਤੇ ਹੁਣ ਥੋੜ੍ਹਾ ਜਿਹਾ ਮੈਨੂੰ ਕੈਮਰਾ ਰੱਖਣ ਦੀ ਪ੍ਰੋਬਲਮ ਆ ਰਹੀ ਹੈ, ਅਤੇ ਮੇਰੇ ਕੱਪੜੇ ਵੀ ਇਸ ਤਰ੍ਹਾਂ ਦੇ ਪਾਏ ਹੋਏ ਨੇ ਕਿ ਮੈਂ ਨਾਈਟ ਸੂਟ 'ਚ ਹਾਂ, ਅਤੇ ਹੁਣ ਮੈਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਪੂਰੇ ਕੈਮਰੇ ਦੇ ਥਰੂ ਨਹੀਂ ਆ ਸਕਦੀ। ਅਤੇ ਜਿਹੜੀ ਐਕਸਰਸਾਈਜ਼ ਹੈਗੀ ਆ ਉਹ ਆਪਾਂ ਸਿਆਣੇ ਤਾਂ ਕਰ ਸਕਦੇ ਹਾਂ, ਬੱਚੇ ਨਹੀਂ ਕਰਦੇ ਹੈਗੇ, ਸੋ ਆਪਣੇ ਲਈ ਆ ਉਹ ਮੈਂ ਤੁਹਾਨੂੰ ਕੱਲ੍ਹ ਵਾਲੇ ਵਲੋਗ ਦੇ ਵਿੱਚ ਐਕਸਰਸਾਈਜ਼ ਵੀ ਦੱਸ ਦੂੰਗੀ ਕਿ ਕਿਹੜੀ ਐਕਸਰਸਾਈਜ਼ ਕਰਕੇ ਆਪਾਂ ਅੱਖਾਂ ਦੀ ਨਿਗਾਹ ਜਿਹੜੀ ਉਹ ਵਧਾ ਸਕਦੇ ਹਾਂ, ਠੀਕ ਹੈ ਜੀ। ਪਰ ਸਾਰੀਆਂ ਭੈਣਾਂ ਪਲੀਜ਼ ਮੇਰੀ ਰਿਕੁਐਸਟ ਹੈ ਕਿ ਤੁਸੀਂ ਇਹ ਮਿਕਸਚਰ ਆ ਜਿਹੜਾ ਜ਼ਰੂਰ ਰੈਡੀ ਕਰਿਓ, ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ ਰੈਗੂਲਰਲੀ, ਤਾਂ ਕਿ ਉਹਨਾਂ ਦੀ ਐਨਕ ਆ ਜਿਹੜੀ ਜਿਨ੍ਹਾਂ ਜਿਨ੍ਹਾਂ ਦੀ ਲੱਗੀ ਉੱਤਰ ਜੇ, ਅਤੇ ਆਪਾਂ ਆਪਦੀ ਐਕਸਰਸਾਈਜ਼ ਵੀ ਕਰਾਂਗੇ ਅਤੇ ਇਹ ਚੀਜ਼ਾਂ ਵੀ ਨਾਲ ਨਾਲ ਖਾਵਾਂਗੇ, ਠੀਕ ਹੈ। ਪਰ ਭੂਰੀ ਮਿਰਚ ਥੋੜ੍ਹੀ ਜਿਹੀ ਜ਼ਰੂਰ ਐਡ ਕਰ ਲਿਓ। ਚਲੋ ਠੀਕ ਹੈ ਜੀ, ਫਿਰ ਮਿਲਾਂਗੇ ਕੱਲ੍ਹ ਦੇ ਵਲੌਗ 'ਚ, ਅਤੇ ਕੱਲ੍ਹ ਨੂੰ ਭੈਣਾਂ ਦੇ ਨਾਮ ਲਵਾਂਗੇ। ਤਦ ਤੱਕ ਲਈ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਨਾਈਟ।